ਮੰਗ ਕੀ ਮੰਗ ਹੈ, ਅਸੀਂ ਦਰਖਾਸਤ ਕਰਾਣ ਗਏ ਆ ਫਾਦਰ ਸਾਹਿਬ, ਉਹ ਕਹਿੰਦੇ ਠੇਕੇਦਾਰ ਤੇ ਬੰਦਾ ਆ, ਠੇਕੇਦਾਰ ਤੇ ਪਰਚਾ ਬੰਦਾ, ਠੇਕੇਦਾਰ ਆਪਣੇ ਆਪ ਆ ਗਿਆ। ਸਪੋਜ਼ ਕਰੋ ਅਸੀਂ ਵੀ ਆਪਣੇ ਘਰ ਮਿਸਤਰੀ ਲਾਣੇ, ਮੈਂ ਖੁਦ ਲੈ ਕੇ ਆਨੀ ਆ ਨਾ, ਠੇਕੇਦਾਰ ਆਪਣੇ ਆਪ ਆ ਗਿਆ ਉੱਥੇ ਨਾ, ਉੱਥੇ ਕਿਸੇ ਵਾਰਡ ਮੈਂਬਰ ਦਾ ਨਾਮ ਲਿਖਿਆ ਜਾਣ ਡਿਆ ਨਾ, ਨਹੀਂ ਉਹ ਬੰਦੇ ਨਹੀਂ ਮੈਂ, ਉਹ ਮੈਨੂੰ ਪੁਲਿਸ ਵਾਲਾ ਟੁੱਟ ਟੁੱਟ ਕੇ ਬੈਠ ਗਿਆ। ਕਰਦੇ ਹੋ ਮੰਗ ਕੀ ਕਰਦੇ ਹੋ? ਮੰਗ ਕਰਦੇ ਕਿ ਜਿਹੜੇ ਨੁਮਾਇੰਦੇ ਬੜੇ ਹੀ ਨੇ ਇੱਥੇ ਸਰਕਾਰ ਦੇ, ਕਾਂਗਰਸ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਤੇ ਕੇਸ ਕੀਤਾ ਜਾਵੇ, ਠੇਕੇਦਾਰ ਨੂੰ ਤੇ ਪੈਸੇ ਦਿੱਤਾ ਜਾਵੇ ਜਾਂ ਲੈਂਦਾ ਤਾਂ ਉਹ ਕੰਮ ਕਰਦਾ ਹੈ ਨਾ, ਤੇ ਕੰਮ ਕਰਵਾਉਣ ਵਾਲਿਆਂ ਤੇ ਕੇਸ ਬੰਦਾ ਆ, ਜਿਹੜੇ ਉੱਥੇ ਦੇ ਨੁਮਾਇੰਦੇ ਜਿਨ੍ਹਾਂ ਨੇ ਵੋਟਾਂ ਲਈਆਂ, ਅੱਜ ਵੋਟਾਂ ਲੈ ਕੇ ਸਾਡਾ ਪੁੱਤ ਮਾਰਦਾ, ਐਸ ਕਰਕੇ ਅਸੀਂ ਵੋਟਾਂ ਦਿੰਨੇ ਆ ਤੇ ਉਹਦਾ ਹੱਲ ਸਾਨੂੰ ਮਾਫ ਬਹੁਤ ਮਿਲਦੀ ਆ। ਅਸੀਂ ਆਪਣੇ ਬੱਚੇ ਜੰਮਦੇ ਆ, ਅਸੀਂ ਕੰਮ ਕਰਨ ਜਾਂਦੇ ਆ, ਉਹ ਕੰਮ ਦਾ ਵੋਟ ਦਾ ਸਾਡੀ ਗਰੀਬੀ ਦਾ ਸਾਨੂੰ ਆਹ ਫੁੱਲ ਮਿਲਦਾ ਹੈ। ਕਾਨੂੰਨੀ ਕਾਰਵਾਈ ਵੇਲੇ ਪੁਲਿਸ ਵਾਲੇ ਐਮਐਲਏ ਸਾਹਿਬ ਦੀ ਸੁਣਦੇ ਨੇ, ਸਾਡੇ ਤੇ ਪ੍ਰੈਸ਼ਰ ਪਾਇਆ ਜਾਂਦਾ, ਸਾਨੂੰ ਦਬਕਾ ਮਾਰਿਆ ਜਾਂਦਾ ਹੈ, ਅਸੀਂ ਤੇ ਗਰੀਬ ਆ, ਅਸੀਂ ਤੇ ਚੁੱਪ ਕਰ ਗਏ। ਤੇ ਜਿਹੜੀ ਸਹੀ ਸੜਕਾਂ, ਮੈਂ ਜਿਸ ਰੋਡ ਤੇ ਰਹਿਣ ਡਈ ਆ ਉਹ ਕੰਕਰੀਟ ਦੀ, ਜੋਸ਼ੀ ਸਾਹਿਬ ਨੇ ਕੰਕਰੀਟ ਦੀ ਸੜਕ ਬਣਾਈਆਂ, ਪਰ ਉਹਨੂੰ ਜਾਣ ਬੁੱਝ ਕੇ ਰੋੜੇ ਪਾ ਕੇ ਸੜਕ ਬਣਾਤੀ। 4 नंबर ਦੇ ਸੀਵਰ ਜੇ ਗਲਤ ਹੀ ਜਾਂ ਨੀਵੇਂ ਹੀ ਜਾਂ ਡੁੱਗੇ ਹੀ, ਡਿਮਾਂਡ ਕੀ ਹੈ? ਡਿਮਾਂਡ ਕੀ ਕਰਦੇ? ਬੜੀ ਕਾਨੂੰਨੀ ਕਾਰਵਾਈ ਤੇ ਕਰੋ, ਸਾਡਾ ਧਰਨਾ ਚੁਕਾਣ ਦੇ, ਕੋਈ FIR ਤੇ ਦਰਜ ਕਰੋ, ਉਹ ਬੰਦੇ ਤੇ ਫੜੋ ਜਿਨ੍ਹਾਂ ਨੇ ਮਾਰਤਾ ਪੁੱਤ। ਪ੍ਰਸ਼ਾਸਨ ਦੀ ਅਣਗਹਿਲੀ ਦੇ ਨਾਲ ਅੱਜ ਇੱਕ 2 ਸਾਲ ਦੇ ਬੱਚੇ ਦੀ ਮੌਤ ਅੰਮ੍ਰਿਤਸਰ ਵਿਖੇ ਹੋਈ ਹੈ। ਦਰਅਸਲ ਇੱਕ ਗਟਰ ਖੁੱਲਾ ਪਿਆ ਸੀ ਤੇ ਜਦੋਂ ਬੱਚਾ ਉੱਥੇ ਖੇਲ ਰਿਹਾ ਸੀ ਤਾਂ ਬੱਚਾ ਉਸ ਗਟਰ 'ਚ ਡਿੱਗ ਜਾਂਦਾ ਹੈ। ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ, ਸਭ ਤੋਂ ਪਹਿਲੇ ਉਸ ਬੱਚੇ ਦੀ ਤਸਵੀਰ ਸਾਂਝੀ ਕਰ ਰਹੇ ਹਾਂ ਜਿਸ ਦਾ ਨਾਮ ਇਸ਼ਾਨ ਹੈ। ਤਾਂ 2 ਸਾਲ ਦੇ ਇਸ ਬੱਚੇ ਦੀ ਹੁਣ ਮੌਤ ਹੋ ਚੁੱਕੀ ਹੈ। ਤਾਂ ਇਹ ਬੱਚਾ ਜਿਹੜਾ ਹੈ ਦਰਅਸਲ ਆਪਣੀ ਗਲੀ 'ਚ ਖੇਡ ਰਿਹਾ ਸੀ ਤਾਂ ਉਸ ਵੇਲੇ ਗਟਰ ਖੁੱਲਾ ਹੋਣ ਕਰਕੇ ਉਹਦੇ ਵਿੱਚ ਜਾ ਡਿੱਗਾ, ਤਾਂ ਸੀਵਰੇਜ ਵੀ ਪੈ ਰਿਹਾ ਸੀ ਤੇ ਉੱਥੇ ਜਿਹੜੀ ਇਸ ਬੱਚੇ ਦੀ ਮੌਤ ਹੋ ਜਾਂਦੀ ਹੈ। ਤਾਂ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਇਸ ਮੌਤ ਦਾ ਜਿਹੜਾ ਜ਼ਿੰਮੇਵਾਰ ਹੈ ਉਸ ਦੇ ਉੱਤੇ ਕਾਰਵਾਈ ਕੀਤੀ ਜਾਵੇ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਉਹ ਗਲੀ ਦਿਖਾਉਂਦੇ ਹਾਂ ਕਿ ਆਖਿਰਕਾਰ ਉਹ ਗਲੀ ਜਿਹੜੀ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਤੇ ਜਿਹੜਾ ਗਲੀ ਨੂੰ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਸੀ, ਪਰ ਕਿਸੇ ਤਰੀਕੇ ਦਾ ਜਿਹੜਾ ਹੈ ਉੱਥੇ ਜਿਹੜੇ ਮੇਨ ਮੇਅਰਮੈਂਟਸ ਲੈਣੇ ਹੁੰਦੇ ਨਹੀਂ ਲਿੱਤੇ ਗਏ ਤੇ ਜਿਹੜੇ ਇਸ ਸੀਵਰੇਜ ਦੇ ਜਿਹੜੇ ਹੋਲ ਸੀ ਉਹ ਬਕਾਇਦਾ ਖੁੱਲੇ ਸੀ। ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜੋ ਇਹ ਤੁਸੀਂ ਦੇਖ ਸਕਦੇ ਹੋ ਇਸ ਵਕਤ ਹਾਲ, ਇਸ ਤਰ੍ਹਾਂ ਜਿਹੜੇ ਗਟਰ ਸਾਰੇ ਖੁੱਲੇ ਪਏ ਸੀ ਤਾਂ ਇਸੇ ਤਰ੍ਹਾਂ ਉਹ ਗਟਰ 'ਚ ਡਿੱਗ ਕੇ ਉਸ ਬੱਚੇ ਦੀ ਮੌਤ ਹੋ ਜਾਂਦੀ ਹੈ। ਤਾਂ ਸੀਵਰੇਜ ਸਿਸਟਮ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਹਾਂ, ਜਿਸ ਪਾਸੇ ਵਿਕਾਸ ਦੀ ਗੱਲ ਕੀਤੀ ਜਾ ਰਹੀ ਹੈ ਤੇ ਦੂਸਰੇ ਬੰਨੇ ਇਹ ਤਸਵੀਰਾਂ ਨੇ ਪੰਜਾਬ ਦੀਆਂ ਕਿ ਜਿੱਥੇ ਕਿ ਸੜਕਾਂ ਦੇ ਵਿੱਚ ਖੇਲ ਰਹੇ ਬੱਚੇ ਜਿਹੜੇ ਡਿੱਗ ਕੇ ਮੌਤ ਦਾ ਸ਼ਿਕਾਰ ਹੋ ਰਹੇ ਨੇ। ਤਾਂ ਤੁਸੀਂ ਵੇਖ ਸਕਦੇ ਹੋ ਵੱਡਾ ਹਾਦਸਾ ਜਿਹੜਾ ਹੈ ਵਾਪਰਿਆ ਹੈ, ਲੇਕਿਨ ਵੱਡਾ ਸਵਾਲ ਪੈਦਾ ਹੁੰਦਾ ਕਿ ਆਖਿਰਕਾਰ ਮੌਤ ਦਾ ਜ਼ਿੰਮੇਵਾਰ ਕੌਣ ਹੈ। ਤਾਂ ਉਸ ਤੋਂ ਬਾਅਦ ਕੋਈ ਵੀ ਅਧਿਕਾਰੀ, ਕੋਈ ਵੀ ਵੱਡਾ ਵਿਅਕਤੀ ਇਹਨਾਂ ਦਾ ਹਾਲ ਜਾਣਨ ਨਹੀਂ ਆਇਆ। ਤਾਂ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਤਾਂ ਕੁਝ ਸਿਆਸੀ ਲੋਕ ਵੀ ਸਾਡੇ ਨਾਲ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਕੀ ਕਹਿਣਾ ਚਾਹੁੰਦੇ ਨੇ। ਤੁਸੀਂ ਦੇਖ ਸਕਦੇ ਹੋ ਕਿ ਇੱਕ ਮਾਂ ਜਿਹੜੀ ਵਿਲਾਪ ਕਰਦੀ ਹੋਈ ਨਜ਼ਰ ਆ ਰਹੀ ਹੈ, ਮਾਂ ਦੇ ਹੰਝੂ ਅੱਜ ਆਪਣੇ ਪੁੱਤ ਵਾਸਤੇ ਹੈ ਕਿ ਆਖਿਰਕਾਰ ਉਸ ਦਾ ਪੁੱਤ ਪ੍ਰਸ਼ਾਸਨ ਦੀ ਭੇਟ ਚੜ ਗਿਆ ਹੈ। ਸਾਡੇ ਨਾਲ ਅਨਿਲ ਜੋਸ਼ੀ ਜੀ ਮੌਜੂਦ ਨੇ, ਕੀ ਕਹਿਣਾ ਚਾਹੋਗੇ ਸਰ? ਦੇਖੋ, MLA ਦੀ ਡਿਊਟੀ ਹੈ ਕਿਉਂਕਿ ਇਹ ਏਰੀਆ ਜਿਹੜਾ ਇਹ ਕਾਰਪੋਰੇਸ਼ਨ ਦੇ ਬਾਹਰ ਪੈਂਦਾ, ਪੰਚਾਇਤਾਂ ਵਾ। ਮੈਂ ਇਹ ਜਿਹੜੇ ਆ ਸੀਵਰੇਜ ਪਵਾਏ ਸੀ ਪਹਿਲਾਂ 2 ਵਾਰ ਜਿਹੜੇ ਆ ਇਹ ਇਨਫਰਾਸਟ੍ਰਕਚਰ ਬਣਾਇਆ, ਪਹਿਲਾਂ ਵੀ ਗਲੀਆਂ ਬਣਾਈਆਂ, ਉਸ ਤੋਂ ਬਾਅਦ 100% ਸੀਵਰੇਜ ਪਾ ਕੇ ਸਾਰਾ ਕੰਪਲੀਟ ਸਾਫ਼ ਹੁੰਦਾ ਸੀ। ਉਸ ਟਾਈਮ ਦੇ ਉੱਤੇ ਮੈਂ ਕਿਸੇ ਤਰ੍ਹਾਂ ਭਾਵੇਂ ਗੱਡੀਆਂ ਉੱਥੋਂ ਸ਼ਹਿਰ 'ਚੋਂ ਭੇਜਦਾ ਸੀ ਕਾਰਪੋਰੇਸ਼ਨ ਦੀਆਂ, ਸੀਵਰੇਜ ਸਾਫ਼ ਹੁੰਦਾ ਸੀ, ਐ ਸਾਫ਼ ਸੁਥਰੀਆਂ ਗਲੀਆਂ ਸੀ। ਇਹ ਇਹਨਾਂ ਨੂੰ ਪੁੱਛੋ ਵੀ ਇਹ ਜਿਹੜੀਆਂ ਇਹ ਉਸ ਤੋਂ ਬਾਅਦ ਸਾਫ਼ ਨਹੀਂ ਕੀਤਾ ਸੀਵਰੇਜ, ਉਹ ਪੁੱਟ ਕੇ ਰੱਖਿਆ ਵਾ, ਬੰਦ ਹੋ ਗਏ ਸੀਵਰੇਜ। ਜੋ ਸੀਵਰੇਜ ਬੰਦ ਹੋ ਗਿਆ ਇਹ MLA ਜਿਹੜਾ ਵਾ ਇਹਦੀ ਡਿਊਟੀ ਸੀ ਇਹਨੂੰ ਟਾਈਮਲੀ ਠੀਕ ਕਰਕੇ ਜਾਂ ਸਫਾਈ ਕਰਕੇ ਸੀਵਰੇਜ ਦੀ ਰੈਗੂਲਰ ਚੱਲਦਾ ਰੱਖੇ। ਇਸੇ ਕਰਕੇ ਤੇ ਮੈਂ ਨਾ ਸਾਡੇ ਪਾਏ ਸੀਵਰੇਜ ਇਹਨਾਂ ਕੋਲ 5 ਸਾਲ ਸਾਫ਼ ਨਹੀਂ ਹੋਏ, ਸਾਡੇ ਪਾਣੀ ਦੀਆਂ ਪਾਈਪਾਂ ਪਾਈਆਂ ਪਾਣੀ ਸਾਫ਼ ਨਹੀਂ ਦੇ ਸਕੇ, ਸਾਡੀਆਂ ਬਣਾਈਆਂ ਸੜਕਾਂ ਸਾਫ਼ ਨਹੀਂ ਕਰ ਸਕੇ, ਸਾਡੀਆਂ ਲਾਈਆਂ ਲਾਈਟਾਂ ਜਗਾ ਨਹੀਂ ਸਕੇ। ਅੱਜ ਇਹ ਛੋਟਾ ਜਿਹਾ ਬੱਚਾ ਇਹਨਾਂ ਦੀ ਭੇਟ ਚੜ ਗਿਆ, ਜਿਹੜੀ ਇਹਨਾਂ ਦੀ ਨੈਗਲੀਜੈਂਸੀ ਆ। ਮੈਂ ਤਾਂ ਨਾ ਇਹਨਾਂ ਦੇ ਉੱਤੇ ਸਰਕਾਰ ਦੇ ਜਾਂ MLA ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਏ, ਕਿਉਂਕਿ ਦੱਸਦਾ ਕੀ ਹੈਗਾ ਵਾ ਜਿਹੜੀਆਂ ਗਲੀਆਂ ਚੰਗੀਆਂ ਭਲੀਆਂ ਵਾ ਉਹ ਪੁੱਟ ਕੇ ਬਿੱਲ ਬਣਾ ਰਹੇ ਆ, ਜਿਹੜੀਆਂ ਗਲੀਆਂ ਚੰਗੀਆਂ ਭਲੀਆਂ ਵਾ ਉਹ ਪੁੱਟ ਕੇ ਬਿੱਲ ਬਣਾ ਰਹੇ ਆ, ਤੇ ਜਿਹੜਾ ਖਰਾਬ ਆ ਉਹ 3 ਮਹੀਨੇ ਹੋ ਗਿਆ ਇਹ ਇਸ ਤਰ੍ਹਾਂ ਹੀ ਪਿਆ। ਇੱਕ ਦਿਨ ਮੈਂ ਇੱਥੇ ਗੱਡੀ ਲਾ ਕੇ ਗਿਆ, ਮੈਂ ਕਿਹਾ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ, ਉਸ ਦਿਨ ਵੀ ਮੈਂ ਕਿਹਾ ਇੱਥੇ ਕਮਲ ਨੂੰ, ਮੈਂ ਕਿਹਾ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ, ਇੱਥੇ ਕੋਈ ਡਿੱਗ ਜੇ ਇੱਥੇ ਪਤਾ ਹੀ ਨਹੀਂ ਲੱਗਣਾ। ਉਸ ਦਿਨ ਮੈਂ ਸੋਚਿਆ ਵੀ ਇੱਥੇ ਕੋਈ ਡਿੱਗ ਪਿਆ, मैं तो आख्या करता होगा हाले तक उस दिन नूं महीना हो गया जदों मैं इधर आया सी। महीने बाद हुण इह बच्चा बेचारा जिहड़ा वा गटर दे विच डुब के ते ओदी डेथ हो गई है। बच्चे नाल तुसीं देख सकदे हो कि परिवारक मैंबर रोच ने। मैडम की कहना चाहोगे की होया कि अज बच्चा की कर रहा सी जिसले बच्चा जिहड़ा गटर च डिग गया? क्या कहना चाहोगे आप? मैं वो जो ठेकेदार जो छीपर खोल के रखा उसको पास कैश करना चाहिए। आज क्या बच्चा खेल रहा था? आज खेल रहा था, उसको मासी के घर जाने लगा, वो सीवर खुला था और डिग गया। 1-2 घंटा ढूंढा नहीं मिला, कुछ भी नहीं, सारा खुला है, 10-12 बोरी भी नहीं है, पैरों में नहीं जा सकता। एक बारी ना वो मौका देखो, देख ले मौका, तू ही सोचो और साइड तो भी नहीं बच्चा नांग साधा ना इधर नांग साधा, गली छड्डी नहीं गई। मांग की अही दरखास्त करान गए फादर साहब, वो कहते ठेकेदार ते बनदा है, ठेकेदार ते पर्चा बनदा है, ठेकेदार अपने आप आ गया। सपोज करो अही भी अपने घर मिस्त्री लाने में खुद लेके आनी है ना, ठेकेदार अपने आप आ गया उथे ना, उथे किसी वार्ड मैंबर का नाम लिखा जान दिया ना नहीं, वो बंदे नहीं पे, वो मैंने पुलिस वाला टोट के बैठ गया। मांग करदे कि जेडे नुमाइंदे बड़े ही ने इथे सरकार दे, कांग्रेस सरकार दे जेडे नुमाइंदे ने उन्हां ते केस कीता जावे, ठेकेदार नूं ते पैसे दिता जावे जां लैंदा ते काम करदा है ना, ते काम करवाण वालेयां ते केस बनदा आ। जेडे उत्थे दे नुमाइंदे जिन्हां ने वोटां लईयां, अज वोटां लै के साडा पुत्त मारता, साडे को वोटां ऐस करके लईयां ही कि आ काम होएगा। अही अपनी मूलभूत सुविधा जेडी कि सीवरेज दी, बत्ती दी, पानी दी, ऐस करके अही वोटां दिन्ने आ ते ओदा हल सानूं बहुत मिलदी आ। अही अपने बच्चे जमदे आ, अही काम करन जाने आ, ओ काम दा वोट दा साडी गरीबी दा सानू आ मुल मिलदा है। कानूनी कार्रवाई वेले पुलिस वाले एमएलए साहब दी सुनदे नहीं जी ते साडे ते प्रेशर पाया जांदा, सानू दबका मारिया जांदा आ, अही ते गरीब आही ते चुप कर गए। ते जेड़ी सही सड़क मैं जिस रोड ते रहन दी हां ओह कंक्रीट दी, जोशी सर ने कंक्रीट दी सड़क बनाईयां पर ओनू जान बुझ के रोड़े पा के सड़क बनाती। 4 नंबर दे सीवर जे गलत ही जट नीवे ही जटूंगे ही। डिमांड की कर भाई, कानूनी कार्रवाई ते करो, साडा धरना चकाण दे, कोई एफआईआर ते दर्ज करो, ओ बंदे ते फड़ो जिन्हां ने मारता पुत्त, ओ कदों फड़ने ने, सरकार इना दी हाथ इना दे कदों फड़ने आ। देख सकते हो कि गुहार लगाई जा रही है कि कदों जो दोषी जो फड़े जाएंगे। तो फिलहाल तुहानू एक बार दसना चाहांगे कि अमृतसर तो मजीठा जोड़ा इलाके का रस्ता है उत्थे जोड़ा है परिवारक मैंबर वालों सड़क जाम की गई है। तो उन्होंने रोष है कि जोड़ा इस इलाके के डिवेलपमेंट का काम हो रहा सी वो नहीं होया, जिस तो बाद जोड़ा है जोड़ा एक बच्चे की मौत हुई है। तो फिलहाल पुलिस के अधिकारी मौके पर मौजूद ने, ਤਾਂ ਤੁਸੀਂ ਵੇਖ ਸਕਦੇ ਹੋ ਕਿ ਫਿਲਹਾਲ ਕਾਰਵਾਈ ਨਹੀਂ ਕੀਤੀ ਜਾ ਰਹੀ। ਤਾਂ ਸੜਕਾਂ ਬਲੌਕ ਨੇ। ਤੁਹਾਨੂੰ ਦੱਸਣਾ ਚਾਹਾਂਗੇ 2 ਸਾਲ ਦੇ ਬੱਚੇ ਦੀ ਮੌਤ ਹੋਈ ਹੈ। ਤਾਂ ਉਸ ਤੋਂ ਬਾਅਦ ਜਿਹੜਾ ਹੈ ਇੱਥੇ ਘਟਨਾਕ੍ਰਮ ਵਾਪਰਿਆ ਹੈ ਉਹਦੀ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ। ਤਾਂ ਪੁਲਿਸ ਦੇ ਅਧਿਕਾਰੀ ਸਾਡੇ ਨਾਲ ਮੌਜੂਦ ਨੇ। ਸਰ, ਕੀ ਕਾਰਵਾਈ ਅਮਲ 'ਚ ਲਿਆਂਦੀ ਗਈ ਜੀ ਜਿਹੜਾ ਇੱਥੇ ਬੱਚੇ ਦੀ ਮੌਤ ਹੋਈ ਹੈ? ਇਹ ਸਾਨੂੰ ਇਤਲਾਹ ਮਿਲੀ ਸੀ ਕਿ ਇੱਕ 2 ਸਾਲਾਂ ਦਾ ਬੱਚਾ ਵਾ ਉਹਦੀ ਸੀਵਰੇਜ ਡਿੱਗਣ ਨਾਲ ਡੈਥ ਹੋ ਗਈ ਆ, ਤੇ ਇਹਨਾਂ ਦੀ ਸਟੇਟਮੈਂਟ ਤੇ ਅਸੀਂ ਕਾਰਵਾਈ ਕਰ ਰਹੇ ਹਾਂ, ਪਰਚਾ ਦਰਜ ਕਰ ਰਹੇ, ਠੇਕੇਦਾਰ ਤੇ ਕਾਰਵਾਈ ਕਰ ਰਹੇ। ਉਹ ਸੀਵਰੇਜ ਖੁੱਲਾ ਪਿਆ ਸੀ? ਸੀਵਰ ਪੁੱਟਿਆ ਸੀ, ਵੈਰੀਫਾਈ ਕਰ ਰਹੇ ਹਾਂ। ਬਾਕੀ ਤੇ ਗਟਰ ਦਾ ਢੱਕਣ ਵੀ ਖੁੱਲਾ ਸੀ? ਨਹੀਂ, ਗਟਰ ਤੇ ਉੱਥੇ ਹੈ ਹੀ ਨਹੀਂ, ਸੀਵਰੇਜ ਚ ਡਿੱਗਦਾ। ਹਾਂਜੀ, ਕਿੰਨੇ ਫੁੱਟ ਡੂੰਗਾ ਸੀ ਸੀਵਰੇਜ? ਉਹ ਸਾਰਾ ਵੈਰੀਫਾਈ ਕਰਾਂਗੇ ਜੀ। ਤਾਂ ਤੁਸੀਂ ਵੇਖਿਓ ਪੁਲਿਸ ਵੱਲੋਂ ਵੈਰੀਫਾਈ ਕੀਤਾ ਜਾ ਰਿਹਾ ਹੈ। ਲੇਕਿਨ ਫਿਲਹਾਲ ਤੁਹਾਨੂੰ ਧਰਨੇ ਦੀ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਨੇ। ਤਾਂ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਅਸੀਂ ਦੱਸਣਾ ਚਾਹਾਂਗੇ ਹਲਕਾ ਉੱਤਰੀ ਦਾ ਜਿਹੜਾ ਇਲਾਕਾ ਪੈਂਦਾ ਹੈ, ਨਸ਼ਹਿਰਾ ਜਿਹੜਾ ਹੈ ਉਹ ਰਾਮਨਗਰ ਜਿਹੜਾ ਹੈ ਇਲਾਕਾ ਜਿਹੜਾ ਪੈਂਦਾ ਹੈ, ਉੱਥੇ ਜਿਹੜਾ ਹੈ ਇੱਕ ਬੱਚੇ ਦੀ ਮੌਤ ਹੋਈ ਹੈ। ਤਾਂ 2 ਸਾਲ ਦਾ ਬੱਚਾ ਸੀ ਜਿਹੜਾ ਕਿ ਜਿਸ ਦੀ ਮੌਤ ਹੋਈ ਹੈ। ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ। ਲੇਕਿਨ ਪਰਿਵਾਰਕ ਮੈਂਬਰ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਨੇ ਇਹ ਸਾਰਾ ਠੇਕਾ ਲਿੱਤਾ ਸੀ, ਜਿਹੜੇ ਇਹਦੇ ਵਾਸਤੇ ਕਸੂਰਵਾਰ ਨੇ, ਉਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ, ਕਿਉਂਕਿ ਸੀਵਰੇਜ ਖੁੱਲਾ ਸੀ ਜਿਸ ਕਰਕੇ ਉਹਨਾਂ ਦਾ ਬੱਚਾ ਖੇਡਦੇ ਹੋਏ ਜਿਹੜਾ ਉਹਦੇ ਵਿੱਚ ਡਿੱਗ ਪਿਆ, ਜਿਸ ਕਰਕੇ ਉਸ ਦੀ ਮੌਤ ਹੋਈ ਹੈ। ਫਿਲਹਾਲ ਹੁਣ ਦੇਖਣਾ ਹੋਏਗਾ ਕਿ ਪੁਲਿਸ ਕੀ ਕਾਰਵਾਈ ਕਰਦੀ ਹੈ। ਲੇਕਿਨ ਚੋਣਾਂ ਨੂੰ ਲੈ ਕੇ ਸਿਆਸੀ ਲੋਕ ਵੀ ਸਰਗਰਮ ਨੇ, ਤਾਂ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਆਪਣੀ ਸ਼ਮੂਲੀਅਤ ਦਿਖਾ ਰਹੇ ਨੇ। ਤੇ ਲੇਕਿਨ ਫਿਲਹਾਲ ਹੁਣ ਦੇਖਣਾ ਹੋਏਗਾ ਕਿ ਕਦੋਂ ਦੋਸ਼ੀ ਗ੍ਰਿਫਤਾਰ ਹੋਣਗੇ। ਤਾਂ ਇਸ 2 ਸਾਲ ਦੇ ਬੱਚੇ ਨੂੰ ਉਸ ਦੀ ਮੌਤ ਤੋਂ ਬਾਅਦ ਵੀ ਕੀ ਇਨਸਾਫ ਮਿਲ ਪਾਏਗਾ ਜਾਂ ਨਹੀਂ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਨੀ ਟੀਵੀ, ਅੰਮ੍ਰਿਤਸਰ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।